ਵਾਹ ਵਾਹ ਵਾਹ, ਬਹੁਤ ਸਵੇਰੇ ਸਵੇਰੇ ਬਹੁਤ ਚੰਗੀ ਖਬਰ ਸੁਣਾਈ ਤੁਸੀਂ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬੱਚੇ ਨੂੰ ਤੇ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਪਿਛਲੇ ਟਾਈਮ ਦੇ ਵਿੱਚ ਬਹੁਤ ਉਹਨਾਂ ਨੇ ਮੁਸੀਬਤਾਂ ਦੇ ਦੁੱਖ ਝੱਲੇ ਨੇ, ਸੋ ਫਾਈਨਲੀ ਇੱਕ ਖੁਸ਼ੀ ਦੀ ਖਬਰ ਜਿਹੜੀ ਹੈ ਸਾਡੇ ਸਾਰਿਆਂ ਵਾਸਤੇ ਆਈ ਹੈ। ਸੋ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਬਾਦ, ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਮੈਂ ਚਾਹੁੰਦਾ ਵੀ ਜਿਹੜਾ ਬੱਚਾ ਹੋਇਆ ਸ਼ੁਭਦੀਪ ਦਾ ਛੋਟਾ ਭਾਈ, ਉਹਦਾ ਨਾਮ ਵੀ ਸ਼ੁਭਦੀਪ ਹੋਵੇ ਤੇ ਬਹੁਤ ਮਜ਼ਾ ਆਵੇ। ਜੀ ਤੁਸੀਂ ਇਹ ਕਹਿ ਰਹੇ ਹੋ ਪਰਿਵਾਰ ਨੂੰ ਕੀ ਰੱਖਣਾ ਚਾਹੀਦਾ? ਹਾਂ, ਮੈਨੂੰ ਤਾਂ ਲੱਗਦਾ ਕਿ ਰੱਖਣਾ ਚਾਹੀਦਾ, ਸਾਡੇ ਸਾਰਿਆਂ 'ਚ ਸਾਨੂੰ ਮਹਿਸੂਸ ਹੋਊਗਾ ਕਿ ਸ਼ੁਭਦੀਪ ਵਾਪਿਸ ਆ ਗਿਆ। ਜੀ ਇਸ ਤੋਂ ਇਲਾਵਾ ਕੁਝ ਹੋਰ ਯਾਦ ਸਾਂਝੀ ਕਰਨਾ ਚਾਹੋ ਜਾਂ ਪਰਿਵਾਰ ਦੇ ਨਾਲ ਤੁਹਾਡੀ ਇਸ ਰਿਗਾਰਡਿੰਗ ਕਦੀ ਗੱਲ ਹੋਈ ਹੋਵੇ? ਕਿਉਂਕਿ ਪਰਿਵਾਰ ਨੇ ਕਿਹਾ ਸੀ ਕਿ ਜੋ ਵੀ ਕੁਝ ਹੋਏਗਾ ਅਸੀਂ ਜ਼ਰੂਰ ਦੱਸਾਂਗੇ। ਬਹੁਤ ਸਾਰੀਆਂ ਫੇਕ ਨਿਊਜ਼ ਪ੍ਰੀਤ ਜੀ ਪਿਛਲੇ ਦਿਨਾਂ 'ਚ ਚੱਲੀਆਂ ਨੇ, ਕਾਫੀ ਡਿਸਟਰਬ ਵੀ ਰਿਹਾ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ। ਜੀ ਇਹ ਤਾਂ ਫਿਰ ਮੀਡੀਆ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਤੁਸੀਂ ਵੈਰੀਫਾਈ ਕਰੋ ਪਹਿਲਾਂ ਜਿਹੜੀ ਵੀ ਚੀਜ਼ ਹੈਗੀ ਹੈ, ਫਿਰ ਉਹਨੂੰ ਚਲਾਓ ਤੇ, ਪਰ ਹੁਣ ਥੋੜਾ ਰਿਸਪੋਂਸੀਬਲ ਹੁੰਦਾ ਜਾ ਰਿਹਾ ਆਪਣਾ ਮੀਡੀਆ। ਕਈ ਵਾਰੀ ਕੁਛ ਲੋਕ ਹੈਗੇ ਨੇ, ਕੁਛ ਅਦਾਰੇ ਹੈਗੇ ਜਿਹੜੇ ਵੈਰੀਫਾਈ ਕਰਨ ਤੋਂ ਬਿਨਾਂ ਖਬਰ ਚਲਾਉਂਦੇ ਨੇ, ਪਰ ਇੱਦਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਉਹ ਪਹਿਲਾਂ ਹੀ ਬਹੁਤ ਡਿਸਟਰਬ ਹੈ ਫੈਮਿਲੀ, ਉਹਨੂੰ ਹੋਰ ਇਹੋ ਜਿਹੀਆਂ ਨਿਊਜ਼ ਜਿਹੜੀਆਂ ਝੂਠੀਆਂ ਨਿਊਜ਼ ਤੁਸੀਂ ਜਦੋਂ ਕਰਦੇ ਹੋ ਆਪਣਾ ਪਲੇ ਕਰਦੇ ਹੋ ਤਾਂ ਫਿਰ ਹਰਟ ਹੁੰਦਾ ਬੰਦਾ, ਹੈ ਨਾ। ਸੋ ਚਲੋ ਫਾਈਨਲੀ ਮੈਂ ਤਾਂ ਇਹ ਕਹੂੰਗਾ ਉਸ ਪਰਿਵਾਰ ਦੇ ਵਿੱਚ ਬੜਾ ਅੱਜ ਭਾਗਾਂ ਵਾਲਾ ਦਿਨ ਚੜਿਆ, ਸੋ ਪਰਮਾਤਮਾ ਉਹਨੂੰ ਬੱਚੇ ਨੂੰ ਲੰਮੀ ਉਮਰ ਦੇਵੇ ਤੇ ਉਮਰ ਦਰਾਜ ਕਰੇ। ਚੜ੍ਹਦੀ ਕਲਾ ਚ ਰੱਖੇ ਸਾਰੀ ਫੈਮਿਲੀ ਨੂੰ, ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਨੇ ਪਿਛਲੇ ਸਮੇਂ ਚ ਬਹੁਤ ਦੁੱਖ ਹੰਢਾਇਆ ਔਰ ਬਹੁਤ ਸਾਰੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਦੇ ਨਾਲ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬੱਚੇ ਨੂੰ ਤੇ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਪਿਛਲੇ ਟਾਈਮ ਦੇ ਵਿੱਚ ਬਹੁਤ ਉਹਨਾਂ ਨੇ ਮੁਸੀਬਤਾਂ ਦੇ ਦੁੱਖ ਝੱਲੇ ਨੇ, ਸੋ ਫਾਈਨਲੀ ਇੱਕ ਖੁਸ਼ੀ ਦੀ ਖਬਰ ਜਿਹੜੀ ਹੈ ਸਾਡੇ ਸਾਰਿਆਂ ਵਾਸਤੇ ਆਈ ਹੈ। ਸੋ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਬਾਦ, ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਮੈਂ ਚਾਹੁੰਦਾ ਵੀ ਜਿਹੜਾ ਬੱਚਾ ਹੋਇਆ ਸ਼ੁਭਦੀਪ ਦਾ ਛੋਟਾ ਭਾਈ, ਉਹਦਾ ਨਾਮ ਵੀ ਸ਼ੁਭਦੀਪ ਹੋਵੇ ਤੇ ਬਹੁਤ ਮਜ਼ਾ ਆਵੇ। ਜੀ ਤੁਸੀਂ ਇਹ ਕਹਿ ਰਹੇ ਹੋ ਪਰਿਵਾਰ ਨੂੰ ਕੀ ਰੱਖਣਾ ਚਾਹੀਦਾ? ਹਾਂ, ਮੈਨੂੰ ਤਾਂ ਲੱਗਦਾ ਕਿ ਰੱਖਣਾ ਚਾਹੀਦਾ, ਸਾਡੇ ਸਾਰਿਆਂ 'ਚ ਸਾਨੂੰ ਮਹਿਸੂਸ ਹੋਊਗਾ ਕਿ ਸ਼ੁਭਦੀਪ ਵਾਪਿਸ ਆ ਗਿਆ। ਜੀ ਇਸ ਤੋਂ ਇਲਾਵਾ ਕੁਝ ਹੋਰ ਯਾਦ ਸਾਂਝੀ ਕਰਨਾ ਚਾਹੋ ਜਾਂ ਪਰਿਵਾਰ ਦੇ ਨਾਲ ਤੁਹਾਡੀ ਇਸ ਰਿਗਾਰਡਿੰਗ ਕਦੀ ਗੱਲ ਹੋਈ ਹੋਵੇ? ਕਿਉਂਕਿ ਪਰਿਵਾਰ ਨੇ ਕਿਹਾ ਸੀ ਕਿ ਜੋ ਵੀ ਕੁਝ ਹੋਏਗਾ ਅਸੀਂ ਜ਼ਰੂਰ ਦੱਸਾਂਗੇ। ਬਹੁਤ ਸਾਰੀਆਂ ਫੇਕ ਨਿਊਜ਼ ਪ੍ਰੀਤ ਜੀ ਪਿਛਲੇ ਦਿਨਾਂ 'ਚ ਚੱਲੀਆਂ ਨੇ, ਕਾਫੀ ਡਿਸਟਰਬ ਵੀ ਰਿਹਾ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ। ਜੀ ਇਹ ਤਾਂ ਫਿਰ ਮੀਡੀਆ ਦੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਤੁਸੀਂ ਵੈਰੀਫਾਈ ਕਰੋ ਪਹਿਲਾਂ ਜਿਹੜੀ ਵੀ ਚੀਜ਼ ਹੈਗੀ ਹੈ, ਫਿਰ ਉਹਨੂੰ ਚਲਾਓ ਤੇ, ਪਰ ਹੁਣ ਥੋੜਾ ਰਿਸਪੋਂਸੀਬਲ ਹੁੰਦਾ ਜਾ ਰਿਹਾ ਆਪਣਾ ਮੀਡੀਆ। ਕਈ ਵਾਰੀ ਕੁਛ ਲੋਕ ਹੈਗੇ ਨੇ, ਕੁਛ ਅਦਾਰੇ ਹੈਗੇ ਜਿਹੜੇ ਵੈਰੀਫਾਈ ਕਰਨ ਤੋਂ ਬਿਨਾਂ ਖਬਰ ਚਲਾਉਂਦੇ ਨੇ, ਪਰ ਇੱਦਾਂ ਹੋਣਾ ਨਹੀਂ ਚਾਹੀਦਾ, ਕਿਉਂਕਿ ਉਹ ਪਹਿਲਾਂ ਹੀ ਬਹੁਤ ਡਿਸਟਰਬ ਹੈ ਫੈਮਿਲੀ, ਉਹਨੂੰ ਹੋਰ ਇਹੋ ਜਿਹੀਆਂ ਨਿਊਜ਼ ਜਿਹੜੀਆਂ ਝੂਠੀਆਂ ਨਿਊਜ਼ ਤੁਸੀਂ ਜਦੋਂ ਕਰਦੇ ਹੋ ਆਪਣਾ ਪਲੇ ਕਰਦੇ ਹੋ ਤਾਂ ਫਿਰ ਹਰਟ ਹੁੰਦਾ ਬੰਦਾ, ਹੈ ਨਾ। ਸੋ ਚਲੋ ਫਾਈਨਲੀ ਮੈਂ ਤਾਂ ਇਹ ਕਹੂੰਗਾ ਉਸ ਪਰਿਵਾਰ ਦੇ ਵਿੱਚ ਬੜਾ ਅੱਜ ਭਾਗਾਂ ਵਾਲਾ ਦਿਨ ਚੜਿਆ, ਸੋ ਪਰਮਾਤਮਾ ਉਹਨੂੰ ਬੱਚੇ ਨੂੰ ਲੰਮੀ ਉਮਰ ਦੇਵੇ ਤੇ ਉਮਰ ਦਰਾਜ ਕਰੇ।
ਚੜ੍ਹਦੀ ਕਲਾ ਚ ਰੱਖੇ ਸਾਰੀ ਫੈਮਿਲੀ ਨੂੰ। ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਨੇ ਪਿਛਲੇ ਸਮੇਂ ਚ ਬਹੁਤ ਦੁੱਖ ਹੰਢਾਇਆ ਔਰ ਬਹੁਤ ਸਾਰੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਉਹਨਾਂ ਦੇ ਨਾਲ ਹੋਈਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਮੈਨੂੰ ਲੱਗਦਾ ਕਿ ਗਾਣੇ ਦੀ ਬਜਾਏ ਮੈਂ ਉਹਨਾਂ ਨੂੰ ਬਾਰ ਬਾਰ ਦੁਆ ਦੇਵਾਂਗਾ ਤੇ ਜ਼ਿਆਦਾ ਵਧੀਆ ਪਰਮਾਤਮਾ ਬੱਚੇ ਨੂੰ ਲੰਮੀ ਉਮਰ ਦੇਵੇ। ਉਮਰ ਦਰਾਜ਼ ਕਰੇ, ਮੈਨੂੰ ਲੱਗਦਾ ਕਿ ਬਿਹਤਰ ਹੈ।